हेलो माय फ्यूचर बर्ड्स वेलकम बैक टू माय चैनल आज अं कर जा रहे लैसन नंबर टू हाफ अ रूपी वर्ड्स के ट्वेंटी फोर एम स्यूज जिद काफ़ी क्वेश्चन बिल्कुल यूनीक बिल्कुल न्यू होने जो पहली बार सुने होने ये मेरी गरंटी है शुरू कर दें फर्स्ट हो वॉज सुब्या सुब्या कौन सी अ राइस मर्चेंट वो एक राइस का मर्चेंट सी हाउ मैनी काउज एंड बफलोज डिड सुब्या हैव ਸੋਬਿਆ ਕੋਲ ਕਿੰਨੇ گاਉਂਾ ਤੇ ਮੱਝਾਂ ਸੀਗੀਆਂ 5 ਵਾਟ ਕਾਈਂਡ ਆਫ ਲਾਈਫ ਡਿਡ ਸੋਬਿਆ ਲਿਡ ਸੋਬਿਆ ਦੀ ਲਾਈਫ ਕਿੱਦਾਂ ਦੀ ਸੀ ਸੈਟੀਸਫਾਈਂਗ ਇ ਚੈਪਟਰ ਦੇ ਵਿੱਚ ਮੈਂਸ਼ਨਡ ਹੈ ਕਿ ਉਹਦੀ ਜਿਹੜੀ ਲਾਈਫ ਹੈ ਉਹ ਆਪਣੀ ਲਾਈਫ ਨੂੰ ਸੈਟੀਸਫਾਈਂਗ ਸਮਝਦਾ ਸੀਗਾ ਵਾਟ ਡਿਡ ਸੋਬਿਆ ਯੂਜ਼ ਟੂ ਸੇਲ ਐਟ ਦ ਮਾਰਕੀਟ ਗੇਟ ਮਾਰਕੀਟ ਗੇਟ ਤੇ ਉਹ ਕੀ ਸੇਲ ਕਰਦਾ ਸੀ ਰਾਈਸ ਹਾਊ ਮਚ ਲੈਂਡ ਡਿਡ ਸੋਬਿਆ ਓਨ ਇਨ ਅ ਨੀਅਰਬਾਈ ਵਿਲੇਜ ਉਹਦੇ ਨਾਲ ਵਾਲੇ ਜਿਹੜੇ ਵਿਲੇਜ ਸੀ ਲਵੇ ਉਹਦੇ ਵਿੱਚ ਕਿੰਨਾ ਏਕੜ ਲੈਂਡ ਜਿਹੜਾ ਹੈ ਉਹ ਸੂਬਿਆ ਦਾ ਸੀਗਾ ਦੈਟ ਇਸ 30 ਏਕੜਸ ਵਿਚ ਟੂ ਕੰਟਰੀ ਸੀਜ਼ ਟੂ ਸੈਂਡ ਰਾਈਸ ਕਿਹੜੇ ਦੋ ਕੰਟਰੀਜ਼ ਨੇ ਰਾਈਸ ਭੇਜਣਾ ਬੰਦ ਕਰਤਾ ਸੀ ਦੈਟ ਇਸ ਸਾਈਗੋਨ ਐਂਡ ਬਰਮਾ ਵਾਟ ਹੈਪਨ ਟੂ ਸੂਬਿਆਸ ਪ੍ਰੋਫਿਟ ਡਿਊਰਿੰਗ ਦਾ ਵਾਰ ਪਾਈਲਡ ਅਪ ਕਹਿੰਦੇ ਜਿਹੜਾ ਸੂਬਿਆ ਦਾ ਜਿਹੜਾ ਪ੍ਰੋਫਿਟ ਸੀਗਾ ਉਹ ਵਾਰ ਦੇ ਵਿੱਚ ਕੀ ਹੋਇਆ ਸੀਗਾ ਉਹਦੇ ਨਾਲ ਉਵੱਧ ਗਿਆ ਸੀ ਉਹਦਾ ਪ੍ਰੋਫਿਟ ਬਿਕੋਜ਼ ਸਾਈਗਨ ਤੇ ਬਰਮਾ ਉਹਨੇ ਰਾਈਸ ਪੇ ਜਿਹਨੇ ਮੰਨਦ ਕਰਤੇ ਤੇ ਜਿਸ ਚੀਜ਼ ਦੀ ਸਪਲਾਈ ਘਟੋਵੇ ਤੇ ਡਿਮਾਂਡ ਜ਼ਿਆਦਾ ਹੋਵੇ ਤਾਂ ਉਹਦਾ ਪ੍ਰਾਈਸ ਓਬਵੀਅਸਲੀ ਇਨਕਰੀਜ਼ ਹੋ ਜਾਂਦੇ ਆ ਤਾਂ ਉਸ ਟਾਈਮ ਤੇ ਜਿਹੜਾ ਰਾਈਸ ਦਾ ਪ੍ਰਾਈਸ ਯੂ 골ਡ ਦੇ ਬਰਾਬਰ ਤੱਕ ਪਹੁੰਚ ਗਿਆ ਸੀਗਾ ਇਹ ਚੈਪਟਰ ਦੇ ਵਿੱਚ ਮੈਂਸ਼ਨਡ ਹੈ ਸੁਬਿਆ ਡਿਸਟ੍ਰਿਬਿਊਟਡ ਡੈਸ਼ ਫॉर ਚੈਰਿਟੀ ਡੈਸ਼ ਏ ਵੀਕ ਸੁਬਿਆ ਚੈਰਿਟੀ ਦੇ ਲਈ ਡੈਸ਼ ਡਿਸਟ੍ਰਿਬਿਊਟ ਕਰਦਾ ਸੀ ਤੇ ਵੀਕ ਚ ਕਿੰਨੀ ਵਾਰ ਕਰਦਾ ਸੀ ਆਪਾਂ ਉਹ ਦੱਸਣਾ ਹੈ ザंस ਰਾਜਗ ਅ ਫਿਊ ਆਨਸ ਟ्वाइस ਅ ਵੀਕ ਹਫਤੇ ਵਿੱਚ ਦੋ ਵਾਰ ਉਹ ਕੁਝ ਆਨਸ ਆਨਸ ਉਹਨੇ ਪੈਸੇ ਕਰੰਸੀ ਹੈ ਕੁਝ ਆਨਸ ਜਿਹੜੇ ਡਿਸਟ੍ਰੀਬਿਊਟ ਕਰਦਾ ਸੀ ਚੈਰੀਟੀ ਦੇ ਲਈ ਔਨ ਵਿਚ ਡੇ ਡਿਡ ਹੀ ਬ੍ਰੋਕ ਕੋਕੋਨਟ ਆਟਾ ਟੈਂਪਲ ਕਹਿੰਦੇ ਉਹ ਕਿਹੜੇ ਦਿਨ ਮੰਦਰ ਦੇ ਵਿੱਚ ਨਾਰੀਅਲ ਫੋੜਦਾ ਸੀ ਦੈਟ ਇਜ਼ ਫਰਡੇ ਸੋਬਿਆ ਕੰਟੀਨਿਊਡ ਹਿਸ ਬਿਜ਼ਨਸ ਐਜ਼ ਅ ਫੇਅਰ ਪ੍ਰਾਈਸ ਗ੍ਰੇਨ ਡਿਪੋਟ ਉਨੇ ਆਪਣਾ ਜਿਹੜਾ ਬਿਜ਼ਨਸ ਸੀ ਸੂਬਿਆਂ ਨੂੰ ਕਿਸ ਤਰ੍ਹਾਂ ਚਲਾਇਆ ਕਿਉਂਕਿ ਜਦੋਂ ਰਾਈਸ ਦਾ ਘਾਟਾ ਪੈ ਗਿਆ ਸੀਗਾ ਖਤਮ ਹੋ ਗਿਆ ਸੀ ਮਤਲਬ ਬਹੁਤ ਹੀ ਘੱਟ ਸਕੈਰਸਿਟੀ ਹੋ ਗਈ ਸੀ ਰਾਈਸਿਸ ਦੀ ਤਾਂ ਜਿਹੜੀ ਗਵਰਨਮੈਂਟ ਨੇ ਉਹਨੇ ਇੱਕ ਰੂਲ ਕੱਢਿਆ ਸੀ ਕਿ ਤੁਸੀਂ ਪੜਿਆ ਹੋਏਗਾ ਚੈਪਟਰ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਸਾਰਾ ਸਾਨੂੰ ਅਕਾਊਂਟਸ ਤੋਂ ਕੀ ਕੀ ਹੈ ਤੁਹਾਡੇ ਕੋਲ ਤੇ ਸਾਨੂੰ ਦੋ ਫਸਲਾਂ ਵਿੱਚੋਂ ਥੋੜਾ ਥੋੜਾ ਹਿੱਸਾ ਤੇ ਸਾਡੇ ਘੇ ਪ੍ਰਾਈਸ ਦੇ ਵਿੱਚੋਂ ਤਾਂ ਉਹਨੂੰ ਉਸ ਤੋਂ ਬਚਣ ਲਈ ਉਹਨੇ ਕੀ ਕੀਤਾ ਫੇਅਰ ਪ੍ਰਾਈਸ ਗ੍ਰੇਨ ਡਿਪੋ ਦੇ ਤੌਰ ਤੇ ਆਪਣੀ ਜਿਹੜੀ ਬਿਜ਼ਨਸ ਹੈ ਉਹਨੂੰ ਕੰਟੀਨਿਊ ਕੀਤਾ ਔਰ ਹਾਊ ਮੈਨੀ ਪੀਪਲ ਡਿਡ ਦਾ ਪੂਰ ਮੈਨ ਵਾਂਟ ਟੂ ਬਾਈ ਰਾਈਸ ਪੂਰ ਮੈਨ ਕਿੰਨੇ ਲੋਕਾਂ ਲਈ ਰਾਈਸ ਚਾਹੁੰਦਾ ਸੀ 6 ਲੋਕਾਂ ਲਈ ਉਹਦੇ ਕਰ 6 ਪਰਸਨ ਸੀ ਹਾਊ ਮਚ ਰਾਈਸ ਡਿਡ ਦਾ ਪੂਰ ਮੈਨ ਡਿਮਾਂਡ ਪੂਰ ਮੈਨ ਨੇ ਡਿਮਾਂਡ ਕਿੰਨੇ ਕਿਤੇ ਸੀ ਅਸਿਰ ਇੱਕ ਅਸਿਰ ਮੰਗਿਆ ਸੀ ਦਾ ਪੂਰ ਮੈਨਜ਼ ਰਾਸ਼ਨ ਕਾਰਡ ਹੈਡ ਬੀਨ ਐਗਜ਼ੌਸਟਿਡ ਡੈਸ਼ ਡੇਸ ਐਗੋ 3 ਦਿਨ ਪਹਿਲਾਂ ਜਿਹੜਾ ਉਹਦਾ ਰਾਸ਼ਨ ਕਾਰਡ ਹੈ ਉਹ ਕੀ ਹੋ ਗਿਆ ਸੀ ਖਤਮ ਹੋ ਚੁੱਕਿਆ ਸੀ ਤੇ ਡੇਟ ਐਕਸਪਾਇਰ ਹੋ ਗਈ ਸੀ ਅੱਗੇ ਹੈ how much did the poor man expect for three sets of rice ਉਹਨੇ ਕੀ ਸੋਚਿਆ ਸੀ ਵੀ ਤਿੰਨ ਸੇਰ ਰਾਈਸ ਦੀ ਕਿੰਨੀ ਪ੍ਰਾਈਸ ਹੋਏਗੀ 1 ਰੁਪਿਆ ਉਹਨੇ ਸੋਚਿਆ ਇਹ ਸੀਗਾ ਹਾਊ ਮੱਚ ਮਨੀ ਡਿਡ ਅ ਪੂਅਰ ਮੈਨ ਹੈਵ ਉਹਦੇ ਕੋਲ ਕਿੰਨੇ ਪੈਸੇ ਸੀ 8 ਅਨਾਸ ਯਾਨੀ ਹਾਫ ਰੁਪੀ ਇਹ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਥੈਟ ਇਜ਼ ਹਾਫ ਰੁਪੀ ਠੀਕ ਹੈ ਰਾਈਸ ਵਾਸ ਇਨ ਹਿਸ ਬਲੱਡ ਮੀਨਸ ਉਸ ਜਿਹੜਾ ਸੂਬਿਆ ਸੀ ਉਹਦੇ ਅੰਦਰ ਉਹਦੇ ਖੌਨ ਦੇ ਵਿੱਚ ਰਾਈਸ ਸੀ ਦਾ ਮਤਲਬ ਕੀ ਹੈ ਕਿ ਹੀ ਨਿਊ 올 ਅਬਾਊਟ ਰਾਈਸ ਉਹਨੂੰ ਰਾਈਸ ਸਾਰੇ ਹਰ ਚੀਜ਼ ਪਤਾ ਸੀ ਕਦੋਂ ਕਿੱਦਾਂ ਸਾਹਮਣੇ ਸਿਚੁਏਸ਼ਨ ਨੂੰ ਵੇਅਰ ਡਿਡ ਸੂਬਿਆ ਗੋ ਟੂ ਗੈਟ ਦ ਰਾਈਸ ਉਹ ਕਿੱਥੋਂ ਲੈ ਕੇ ਆਉਂਦਾ ਸੀ ਫਿਰ ਰਾਈਸ ਸੂਬਿਆ ਟੂ ਅ ਸੀਕ੍ਰੇਟ ਗੋਡਾਊਨ ਸੀਕ੍ਰੇਟ ਗੋਡਾਊਨ ਤੋਂ ਲੈ ਕੇ ਆਂਦਾ ਸੀ ਦੋਜ਼ ਵਰ ਦੇ ਡੇਜ਼ ਵੈਨ ਸੂਬਿਆ ਲੋਡਡ ਰਾਈਸ ਬੈਗਸ ਵਿਚ ਵਰ ਦੋਜ਼ ਡੇ ਲੈਸਨ ਵਿੱਚ ਇਹ ਲਾਈਨ ਆਈ ਹੈ ਕਿ ਉਸ ਸਮੇਂ ਜਿਹੜਾ ਸੂਬਿਆ ਹੈ ਉਹ ਰਾਈਸ ਵੈਕ ਨੂੰ ਲੋਥ ਕਰਦਾ ਸੀ ਸੋ ਕਿਹੜੇ ਦਿਨ ਸੀ ਹਿਸ ਚਾਈਲਡਹੂਡ ਡੇਸ ਉਹਦੇ ਬਚਪਨ ਦੇ ਦਿਨ ਜਦੋਂ ਉਹਦੇ ਪਾਪਾ ਜ਼ਿੰਦਾ ਸੀ ਵਿੱਚ ਆਫ ਦਾ ਫੋਲੋਇੰਗ ਇਜ਼ ਨਾਟ ਟru ਨਾ ਜੋ ਕਿਹੜੇ ਜਿਹੜੀ ਹੈ ਨਹੀਂ ਟru ਨਹੀਂ ਹੈ ਸੂਬਿਆ ਵਾਸ ਸਿੰਪਥੈਟੈਟਿਕ ਠੀਕ ਹੈ ਹਾਊ ਮਚ ਰਾਈਸ ਡਿਡ ਅਗਰੀ ਟੂ ਸੇਲ ਜਿਹੜਾ ਸੋਬਿਆ ਹੈ ਉਹ ਕਿੰਨੇ ਰਾਈਸ ਦੇਣ ਲਈ ਰਾਜ਼ੀ ਹੋ ਗਿਆ ਸੀ that is half a seer ਉਹਨੇ 8 ਅਨਸ ਦੇ ਵਿੱਚ half a seer ਹੀ ਦਿੱਤਾ ਸੀ ਅਗੇ ਹਾਊ ਡਿਡ ਸੋਬਿਆ ਡਾਈ ਸੋਬਿਆ ਕਿਵੇਂ ਮਰਿਆ ਸੀ ਦਾ ਅਨਸਰ ਆ ਜਾਏਗਾ the bags of rice fell on him ਚਾਵਲ ਦੇ ਜਿਹੜੇ ਬੈਗਸ ਸੀ ਉਹ ਉਸ ਉੱਤੇ ਡਿੱਗ ਪਏ ਬਿਸਾਈਡ ਸੇਲਿੰਗ ਰਾਈਸ ਵਾਟ ਐਲਸ ਡਿਡ ਸੋਬਿਆ ਡੂ ਟੂ ਅਰਨ ਮਨੀ ਔਰ ਕਹਿੰਦੇ ਵੀ ਰਾਈਸ ਸੇਲ ਕਰਨ ਦੇ ਅਲਾਵਾ ਹੋਰ ਸੂਬਿਆਂ ਨੂੰ ਕਿੱਥੋਂ ਪੈਸੇ ਮਿਲ ਰਹੇ ਸੀ ਉਹ ਥੀਨ ਵੀ ਉਹਨੂੰ ਉਹ ਕੀ ਕਰਦਾ ਸੀ ਲੋਕਾਂ ਨੂੰ ਪੈਸੇ ਉਧਾਰ ਦੇ ਦਿੰਦਾ ਸੀ ਬਹੁਤ ਹੀ ਜ਼ਿਆਦਾ ਇੰਟਰਸਟ ਰੇਟਸ ਤੇ ਤੇ ਐਕਵਾਇਰ ਕਰਦਾ ਸੀ ਹਾਊਸੇਸ ਨੂੰ ਜਿਹੜੇ ਕਿ ਫੇਲ ਹੋ ਚੁੱਕੇ ਨੇ ਉਹਨਾਂ ਦਾ ਕਿਸੇ ਪੈਸਾ ਡੁੱਬ ਗਿਆ ਜਾਂ ਕਰਜ਼ਾਈ ਨੇ ਜਿਹੜੇ ਤੇ ਜਿਹੜੇ ਪੈਸੇ ਨਹੀਂ ਵਾਪਸ ਕਰਦਾ ਸੀ ਉਹਨਾਂ ਦੇ ਘਰ ਲੈ ਲੈਂਦਾ ਸੀ ਸੌਰੀ ਸੋ ਇਹ ਕੀ ਹੈ ਆਪਣਾ ਸੂਬੇ ਇਥੋਂ ਪੈਸੇ ਕਮਾਉਂਦਾ ਸੀ ਅ ਪੂਅਰ ਮੈਨ ਵੇਟਡ ਫੋਰ ਸੁਬਿਆ ਫਰਮ ਜਿਹੜਾ ਪੂਅਰ ਮੈਨ ਸੀ ਉਹਨੇ ਸੁਬਿਆ ਨੂੰ ਸੁਬਿਆ ਤੇ ਲੈ ਕੇ ਉਹਦੇ ਲੈ ਕੇ ਕਦ ਤੱਕ ਵੇਟ ਕੀਤਾ ਈਵਨਿੰਗ ਟੂ ਦਾ ਨੈਕਸਟ ਮਾਰਨਿੰਗ ਸੁਬਿਆ ਡੈਸ਼ ਟੂ ਆਫੀਸਰਸ ਹੂ ਕੇਮ ਟੂ ਐਗਜ਼ਾਮਿਨ ਹਿਸ ਸਟਾਕ ਐਂਡ ਅਕਾਊਂਟ ਸਿਮਰ ਤੋਂ ਦੱਸਿਆ ਸੀ ਗਵਰਨਮੈਂਟ ਦਾ ਰੂਲ ਲੱਗਿਆ ਸੀ ਤਾਂ ਤੋਂ ਜਦੋਂ ਆਫੀਸਰਸ ਆਏ ਚੈੱਕ ਕਰਨ ਲਈ ਉਹਦਾ ਸਟਾਕ ਤੇ ਅਕਾਊਂਟ ਉਹਨੇ ਆਫੀਸਰਸ ਨੂੰ ਕੀ ਕਰਤਾ ਸੀ ਬ੍ਰਾਈਬਡ ਰਿਸ਼ਵਤ ਦਿੱਤੀ ਸੀ ਸੋ ਇਹ ਸੀ ਆਪਣੇ ਕੁਝ ਕੁਐਸਚਨਸ ਚੈਪਟਰ ਨੰਬਰ 2 ਦੇ ਰਿਲੇਟਡ ਮੇਰੇ ਕੋ ਹਰ ਚੈਪਟਰ ਦੇੰਨੇ ਨੇ ਕੁਐਸਚਨਸ ਪਏ ਆ ਤੁਸੀਂ ਵੀਡੀਓ ਨੂੰ ਬਸ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਮੈਂ ਪਾਉਂਦੀ ਰਵਾਂਗੀ ਰਿਵੀਜ਼ਨ ਲਈ ਸੋ ਥੈਂਕਸ ਫॉर ਵਾਚਿੰਗ ਦ ਵੀਡੀਓ